श्री गोविंद गोपाल सर्व सांझी गौशाला जो कि मौड़ विखे स्थित है। संत महेश मुनि जी महाराज बोरे वाले जिन्होंने 100 तो वध गौशाला बनवाइया, उन्होंने परम सेवक संत मलकीत सिंह जी गौशाला बीर सिखा वाले मुख मेहमान के तौर पर श्री गोविंद गोपाल सर्व सांझी गौशाला विखे पुजे, जिन्हों का फुलों के हार नाल स्वागत किया गया। इस मौके संत मलकीत सिंह जी कमेटी की सेवा भावना तो बहुत ही खुश होए और उन्होंने वालों कमेटी को हर तरीके की मदद करने लिए कहा गया। इस विशेष मौके संत मलकीत सिंह जी ने गौशाला विखे 2 बग्गियां नूं हरी झंडी दित्ती, जिसका साड़ी पंजाब प्रेस की टीम ने दौरा किया। पेश है पंजाब प्रेस की टीम वालों एक रिपोर्ट। ਗੱਡੀ ਫਿਰ ਵਿਚਾਲੇ ਦੀ ਵਿਚਾਲੇ ਪਿੱਛੇ ਉਹਨੂੰ ਬਹੁਤ ਸ਼ਰਧਾ ਗਊਆਂ ਪਰ ਵੱਡੇ ਬਾਬਿਆਂ ਦੀ ਉਹਨੇ ਚੰਗੀ ਸੰਗਤ ਕਰੀ ਸਿੱਖੋ ਨੇ ਤੇ ਘੈਂਟ ਬੰਦਾ ਸੇਠਾਂ ਬਿਨਾ ਇਹ ਨੀ ਚੱਲਦਾ, ਸੇਠਾਂ ਬਿਨਾ ਮਾਇਆ ਨੀ ਕੱਠੀ। ਕੋਈ ਤਲਾਬ ਬਣਾਇਆ, ਕੋਈ ਗੁਰਦੁਆਰਾ ਮੰਦਿਰ ਬਣਾਇਆ, ਕੱਚਾ ਤਲਾਬ ਬਣਾ ਦੇਵੇ ਉਹਦਾ ਵੀ ਓਨਾ ਹੀ ਪੁੰਨ ਲੱਗਣਾ। ਜਿਹੜਾ ਕੱਚਾ ਤਲਾਬ ਨੀ ਹੁੰਦਾ, ਜਿਹੜਾ ਪਿੰਡਾਂ 'ਚ ਪੜ੍ਹਦੇ ਨੇ ਬੋਲਿਆ ਮਹਾਰਾਜ ਬਹੁਤ ਪੜ੍ਹਦੇ ਹੱਦਾਂ ਦੇ, ਜਿਹੜਾ ਕੱਚਾ ਤਲਾਬ ਬਣਾਤਾ ਆਪਾਂ, ਜਿਹਦੇ 'ਚੋਂ ਬੇਸਹਾਰਾ ਪਸ਼ੂ ਪਾਣੀ ਪੀਣਗੇ, ਜਾਨਵਰ ਪਾਣੀ ਪੀਣਗੇ, ਡੱਡੂ ਮੱਸੀਆਂ ਰਹਿਣਗੇ, ਓਨਾ ਹੀ ਪੁੰਨ ਉਹਦਾ ਲੱਗਣਾ। ਓਨਾ ਹੀ ਪੁੰਨ ਜਿਹੜਾ ਵਿਸ਼ੇਸ਼ ਆਪਾਂ ਮੰਦਰ ਗੁਰਦੁਆਰਾ ਠਾਕਰ ਦੁਆਰਾ ਬਣਾਇਆ, ਗੁਰਦੁਆਰਾ ਬਣਾਇਆ, ਓਨਾ ਹੀ ਪੁੰਨ ਲੱਗਣਾ। ਕੋਈ ਇਹ ਨਹੀਂ ਵੀ ਉਹਦਾ ਵੱਧ ਲੱਗਣਾ, ਬਰਾਬਰ ਪੁੰਨ ਲਿਖਿਆ ਸ਼ਾਸਤਰ ਦੇ। ਅਤੇ ਮਹਾਰਾਜ ਬਹੁਤ ਲਾਉਂਦੇ ਸੀ, ਉਹਨਾਂ ਕਹਿਣਾ ਤਰਵੈਣੀ ਲਾ ਦਿਓ, ਇਹ ਰਹਿੰਦੀ ਗੁਣੀ। ਇਹੋ ਜਿਹੇ ਬੰਦੇ ਆ ਸਾਡੇ ਕੋਲ ਦਿਸਤਾਂਤ ਬੋਰੇ ਸੰਤਾਂ ਦੇ ਹੱਥਾਂ ਦੇ, ਵੀ ਜਿਹਨਾਂ ਬੰਦਿਆਂ ਨੇ ਤਰਵੈਣੀ ਲਾਈ ਆ ਉਹਨਾਂ ਨੂੰ ਨੌਕਰੀ ਮਿਲੀ। ਇਹੋ ਜਿਹੇ ਬੰਦੇ ਉਹਨੂੰ ਕਹਿੰਦਾ ਤੂੰ ਤਰਵੈਣੀ ਲਾ ਦੇ, ਤੇਰੇ ਮੁੰਡਾ ਆਜੂ ਉਹਦੇ ਹੋ ਗਿਆ। ਅਤੇ ਅੱਜ ਵੀ ਉਹ ਬੰਦੇ ਅਫਸਰ ਲੱਗੇ ਆ ਅਤੇ ਆਪਦੇ ਖੇਤ ਜਾ ਕੇ ਪਾਣੀ ਪਾ ਕੇ ਆਉਂਦੇ ਉਹਨੂੰ ਤਰਵੈਣੀ। ਇੱਥੇ ਵੀ ਜਦੋਂ ਉਹ ਮੁੰਡਾ ਇੰਸਪੈਕਟਰ ਲੱਗਿਆ ਹੋਇਆ, ਜਦੋਂ ਕਣਕ ਦਾ ਸੀਜ਼ਨ ਆਉਂਦਾ, ਹੱਥੀਂ ਜਾ ਕੇ ਉਹਨਾਂ ਉਹਨਾਂ ਮੱਥਾ ਦੂਰ ਤੱਕ ਆਪਦੇ ਖੇਤ ਦੀ ਕਣਕ ਵੜਾਉਣੀ ਉਹਨੇ ਆਪ ਜਾ ਕੇ, ਵੀ ਕਿਤੇ ਉਹਨੂੰ ਸੇਕ ਨਾ ਲੱਗੇ। ਕਹਿੰਦਾ ਬੋਲਿਆ ਬਾਬਾ,
ਇੱਕ ਰਾਊਕ ਏਰੀਏ 'ਚ ਲੱਗੀ ਵੀ ਆ, ਉਹਦੇ ਕੋਲੇ ਲੋਕ ਅਖੰਡ ਪਾਠ ਕਰਾਉਂਦੇ, 15-20 ਅਖੰਡ ਪਾਠ ਹੀ ਕਰਾਉਂਦੇ ਲੋਕ ਪੱਕੀ। ਹਾਂ, ਉਹ ਬਾਬਿਆਂ ਨੇ ਲਾਈ ਸੀ 65 'ਚ ਤੇ ਅੱਜ ਵੀ ਹੈਗੀ। ਤੇ ਤੁਸੀਂ ਇਹੋ ਜਿਹੇ ਸੰਸਕਾਰ ਪਾ ਕੇ ਮੁੰਡਿਆਂ ਨੂੰ ਕਹੋ ਨਾ ਵੀ ਤੁਸੀਂ ਐਂ ਲਾ ਦਿਓ, ਨਾਲੇ ਤਾਂ ਜਿਵੇਂ ਕਿਸੇ ਦੇ ਬੱਚਾ ਲਾਈ ਆ ਵੀ ਦੋ ਲੱਗੇ, ਜਾਂ ਕਿਸੇ ਦੇ ਕੋਈ ਬਿਮਾਰੀ ਲੱਗੀ ਆ, ਜਾਂ ਕਿਸੇ ਨੇ ਬਾਹਰਲੇ ਮੁਲਕ ਜਾਣਾ, ਉਹਨਾਂ ਤੋਂ ਨੇਚਰ ਨੇ ਤਰਵਾਣੀ ਲਾ ਦੇ ਬਲਗਾਂ ਕਰਕੇ 5,000 ਰੁਪਏ ਉਹਦਾ ਜਾਗੋ ਜੀ, ਤੇ ਸਾਰੀ ਜ਼ਿੰਦਗੀ ਗਊਆਂ ਬਹਿ ਕੇ ਭਜਨ ਕਰਨਗੀਆਂ ਤੇ ਉਹਨੂੰ ਫਾਇਦਾ ਮਿਲੀ ਜਾਊਗਾ, ਪੁੰਨੀ ਉਹਨੂੰ ਲੱਗਣਾ। ਬਾਬੇ ਕਹਿੰਦੇ ਜਿਹਨੇ ਆ ਬਿਲਡਿੰਗ ਬਣਾ ਦੀ, ਜਿਹੜੀਆਂ ਗਊਆਂ ਇੱਥੇ ਭਜਨ ਕਰਨਗੀਆਂ ਪੁੰਨ ਤਾਂ ਉਹਨੂੰ ਮਿਲਣਾ ਹੀ ਆ, ਜਿਹਨੂੰ ਆਪਾਂ ਗੁਰਦੁਆਰੇ ਨੂੰ ਦਾਨ ਕਰ ਦਿੰਦੇ ਹਾਂ, ਗੁਰਦੁਆਰਾ ਬਣ ਜਾਂਦਾ ਜੋ ਆਪਾਂ ਨੂੰ ਭਜਨ ਦਾ ਵਿੱਚੋਂ ਕੋਈ ਨਾ ਕੋਈ ਹਿੱਸਾ ਮਿਲ ਜਾਊਗਾ। ਇਵੇਂ ਗਊਆਂ ਦਾ ਜਦੋਂ ਗਊਆਂ ਬਹਿ ਕੇ ਇੱਥੇ ਭਜਨ ਪਾਠ ਕਰਨਗੀਆਂ ਤੇ ਆਪਣੇ ਕੁੱਲ ਨੂੰ ਫਾਇਦਾ ਹੋਊ। ਹਾਂ, ਉਹ ਜਿੱਥੇ ਬਹਿ ਗਈਆਂ ਉੱਥੇ ਤਾਂ ਉਹਨਾਂ ਨੇ ਕਰੀ ਜਾਣਾ, ਤੇ ਜਿਹਨੇ ਉਹ ਪੁੰਨ ਕੀਤਾ ਉਹਨੂੰ ਸਾਰੀ ਉਮਰ ਲੱਗੀ ਜਾਣੀ। ਬਹੁਤ ਵੱਡਾ ਸਵੇਤ ਜਾਗੀ ਕਰਿਆ ਜਿਹੜਾ ਆਹ ਬਣਾਈ ਆ ਨਾ, ਇਹ ਤਾਂ ਸਮਲਾ ਇਲਾਕਾ ਹੀ ਵਸ ਗਿਆ, ਹੁਣ ਲੰਘੜੇ ਕਾਕੜੇ ਪੈਣਗੇ। ਜਗ ਧਰਮ ਕਰਨੋਂ ਹਟ ਗਏ, ਅੱਗੇ ਆਪਾਂ ਦਾਣੇ ਕੱਢਦੇ ਸੀ ਪਿੰਡ 'ਚ, ਜਗ ਕਰਦੇ ਸੀ ਦਾਣੇ ਇਕੱਠੇ ਕਰਦੇ, ਜਦੋਂ ਦੋ ਤਿੰਨ ਦਿਨ ਗ੍ਰਾਹੀ ਕਰਨੀ ਇੱਕ ਤਾਂ ਉਦੋਂ ਇਕੱਠੇ ਹੋ ਜਾਣਾ। ਉਹਨੇ ਕਹਿ ਦੇਣਾ ਮੈਂ ਯਾਰ ਉਹਦੇ ਨਾਲ ਬੋਲਦਾ ਨੀ, ਉਹਨੇ ਕਹਿਣਾ ਤੂੰ ਸਾਡੇ ਨਾਲ, ਜਦੋਂ ਜਾ ਵੜਨਾ ਉਹਨੇ ਬੋਲ ਪੈਣਾ ਤੇ ਉਹ ਗੁੱਸਾ ਦੂਰ ਹੋ ਜਾਣਾ। ਫਿਰ ਦੋ ਤਿੰਨ ਦਿਨ ਆਪਾਂ ਜੱਗ ਕਰਨਾ, ਚੌਲ ਵੰਡਣੇ, ਕੜਾਹੇ ਕਰਨੇ, ਤੇ ਲੋਕਾਂ ਦੀ ਬੋਲਾ ਚੱਲੀ। ਉਹੀ ਕੰਮ ਇਹ ਬਣ ਗਿਆ ਹੁਣ ਮਹਾਰਾਜ ਦੀ ਕਿਰਪਾ ਨਾਲ, ਹੁਣ ਤੁਸੀਂ ਗਊਆਂ ਦੇ ਬਹਾਨੇ ਜਾਓਗੇ, ਜੇ ਕਿਸੇ ਦਾ ਮਾੜਾ ਮੋਟਾ ਗੁੱਸੇ ਰਾਜੀ ਉਹਨੇ ਬੋਲ ਪੈਣਾ ਤੇ ਉਹ ਵੀ ਕੰਮ ਠੀਕ ਹੋ ਜਾਣਾ। ਉਹਨੇ ਕਹਿਣਾ ਮੇਰੇ ਘਰੇ ਆ ਗਿਆ ਵੀ ਆਪਾਂ ਬੋਲ, ਜਦੋਂ ਇੱਕ ਕੰਮ ਸ਼ੁੱਧ ਹੋ ਗਿਆ ਬਾਬਾ ਜੀ ਸਾਰੇ ਸ਼ੁੱਧ ਹੋ ਜਾਣਗੇ। ਹੁਣ ਇਹਦੇ ਗਊ ਮਾਤਾ ਨੇ ਸਾਰੇ ਕੰਮ ਠੀਕ ਕਰਤੇ। ਹਾਂਜੀ ਹਾਂਜੀ, ਬਹੁਤ ਵਧੀਆ। ਅਸੀਂ ਪੱਠੇ ਲੈਣ ਜਾਂਦੇ ਸੀ ਮੋਗੇ ਕੋਲੇ ਬਾਬਾ ਜੀ, ਸਾਡਾ ਟਰੱਕ ਨਾ ਉਲਟਦਾ ਉਲਟਦਾ ਬੱਜ ਗਿਆ। ਫਾਂਸੀ ਲੱਗੀ ਬੰਦਿਆਂ ਨੂੰ, ਵੇਖੇ ਵਿਆ ਬੋਰੇ ਵਾਲੇ ਮਹਾਰਾਜ ਕੋਲੇ ਆਏ ਸੀ। ਅੱਛਾ ਜੀ, ਇੱਕ ਔਗੜ ਪਿੰਡ ਦਾ ਸੀਗਾ ਮਿਸਤਰੀ, ਔਗੜ ਪਿੰਡ ਦਾ ਮਿਸਤਰੀ, ਜਿੱਥੋਂ ਬੋਰੇ ਆਏ ਸੰਤ ਗਊਸ਼ਾਲਾ ਬਣਾਉਣ ਲੱਗੇ, ਮੈਂ ਜਵਾਕ ਜਾਂਦੇ ਬੋਰੇ ਆਏ ਮਹਾਰਾਜ ਦੇ ਨਾਲ। ਔਗੜ ਪਿੰਡ ਦਾ ਜਿਹੜਾ ਮਿਸਤਰੀ ਸੀ ਨਾ, ਉਹਦੇ ਕੋਲ ਤੋੜੇ ਵਾਲੀ ਰਾਈਫਲ ਸੀਗੀ, ਉਹ ਤੁਰਿਆ ਜਾਂਦਾ ਸੀ ਤੇ ਮੁਸਲਮਾਨ ਗਾਈਆਂ ਲਈ ਜਾਂਦੇ ਸੀ। ਉਹ ਕਹਿੰਦਾ ਉਹ ਡਿੱਫਣਾ ਗਾਈਆਂ ਕਿਤੇ ਲਈ ਜਾਂਦਾ, ਉਹ ਮੁਸਲਮਾਨ ਨੂੰ ਡਿੱਫਣ ਕਹਿ ਦੀ ਉਹਨੂੰ ਬਹੁਤ ਗੁੱਸਾ ਲੱਗਦਾ, ਬਾਹਲਾ ਹੀ ਜ਼ਿਆਦਾ ਗਾ। ਜਾਂ ਮੁਸਲਮਾਨ ਨੂੰ ਸੂਰ ਕਹਿ ਦੇਵੇ ਜਾਂ ਡਿੱਫਣ ਕਹਿ ਦੇ, ਬਸ ਫਿਰ ਜੇਬ ਜਾ ਉਹਦੀ ਧੀ ਭੈਣ ਦੀ ਗੱਲ ਕਰਦੀ, ਇੰਨਾ ਬੁਰਾ ਸੀ। ਉਹਨਾਂ ਕਿਰਪਾਨ ਲੈ ਕੇ ਉਹਦੇ ਮਗਰ ਪੈ ਗਿਆ, ਉਹ ਤਗੜਾ ਸੀ ਮੈਸਰੀ ਭੱਜ ਕੇ ਨਿਕਲ ਗਿਆ। ਜਦੋਂ ਕਿੱਲਾ ਕੁ ਜਾ ਉੜਿਆ ਨਾ ਦੂਰ, ਉਹਨੇ ਕਿਹਾ ਯਾਰ ਭੈਣ ਚੋ ਰਫਲ ਕਾਹਦੇ ਆਖਦੇ ਆ ਵੀ ਇਹ ਤਾਂ ਹੁਣ ਮੈਨੂੰ ਵੜਨੇ ਲੱਗਾ, ਮੈਂ ਤਾਂ ਉਹਦੇ ਕਰਮੀ ਵਾ। ਉਹਨੇ ਉੱਥੇ ਜਾ ਕੇ ਭਰ ਲਈ ਭਾਲੀ ਦੇ, ਮੁੜ ਪਿਆ ਪਿੱਛੇ ਨੂੰ, ਕਹਿੰਦਾ ਹੁਣ ਖੜ ਜਾਓ। ਉਹਨੇ ਕਿਹਾ ਉਹਦਾ ਡਰਦਾ ਭਾਈ ਖੜ ਗਏ, ਮਾਰਿਆ ਫਿਰ ਜੀ ਦੋ ਮਾਰ ਗਏ, ਇੱਕ ਜਵਾਕ ਜਿਹਾ ਸੀ ਉਹ ਭੱਜ ਗਏ, ਉਹਨਾਂ ਕੋਲ ਜਾਣਾ ਦਸਾਂ ਤਲਵੰਡੀ ਦੀ ਗੱਲ ਆ। ਅੱਛਾ ਜੀ, ਉਹਨੇ ਇੱਕ ਫਿਰ ਉਹਦੇ ਮਾਰਿਆ, ਤਿੰਨੇ ਮਾਰਤੇ ਤੇ ਉਹ ਫਸ ਗਿਆ ਜੀ। ਜਿਹੜੇ ਲੋਕ ਜੇਲ੍ਹ 'ਚੋਂ ਟਿਚਣਾ ਕਰਿਆ ਕਰਨ, ਉਹਨੂੰ ਫਾਂਸੀ ਦੀ ਸਜ਼ਾ ਸੁਣਾਤੀ। ਸਾਲਿਆ ਮੇਰਾ ਕੀ ਲੈਣਾ ਇਹ ਢਾਂਡੀਆਂ ਤੋਂ, ਉਹਨੇ ਕੋਈ ਲੈਣਾ ਨਹੀਂ, ਕਹਿੰਦੇ ਸਾਲਿਆ ਕੀ ਲੈਣਾ ਇਹ ਢਾਂਡੀਆਂ ਤੋਂ, ਦਿਖਾਣਾ ਵਧੀਆ ਮੌਜਾਂ ਕਰਦਾ ਸੀਗਾ, ਤੂੰ ਕਿੱਧਰ ਫਸ ਗਿਆ, ਉਹਨੂੰ ਟਿਚਣਾ ਕਰਨ ਜੇਲ੍ਹ ਦੇ ਵਿੱਚੋਂ, ਤਾਂ ਮੈਨੂੰ ਟਿਚਣਾ ਕਰਿਆ ਕਰਨ। ਜਿਹੜੇ ਮੁੰਡੇ ਜਾਣੋ ਹਟ ਗਏ ਮਗਰੋਂ, ਉਹਦੇ ਕੋਲ ਚਾਂਦੀ ਦੇ ਰੁਪਈਏ ਵਿੱਚ ਨੱਪੇ ਵੇ ਸੀ ਘਰੇ, ਉਹਨੇ ਮੁੰਡਿਆਂ ਨੂੰ ਦੱਸਿਆ ਨਾ ਵੀ ਮੇਰੇ ਮਗਰ ਨਹੀਂ ਉਹਦੇ, ਮੈਨੂੰ ਪੈਸੇ ਕੱਢ ਦੇਵਾਂ। ਉਹ ਜੀ ਕੁਜਰਤ ਮਹਾਰਾਜ ਦੀ, ਜਿੱਦੇ ਉਹਨੂੰ ਫਾਂਸੀ ਦੇਣ ਲੱਗੇ ਤੇ ਉਹ ਵੱਧ ਗਈ ਉਹਦੀ ਘੰਟੀ, ਤੇ ਉਹਨੂੰ ਫਾਂਸੀ ਨਹੀਂ ਆਈ ਜੀ। ਫਿਰ ਉਹਨਾਂ ਨੂੰ ਹੱਕ ਪੈਣ ਲੱਗ ਗਈ, ਉਹ ਬੰਦਾ ਮੈਂ ਦੇਖਿਆ, ਇੱਕ ਤਾਂ ਉਹਨੂੰ ਹੱਕ ਪੈਣ ਲੱਗ ਗਈ, ਹੱਕ ਕੇ ਬੋਲਦਾ ਸੀ, ਇੱਕ ਉਹਦੇ ਪੈਰਾਂ ਦੇ ਵਿੱਚ ਆਏ ਇੰਨੇ ਗਾਂ ਦੇ ਸਿੰਘ ਸਾਹਿਬ, ਆਪਣੇ ਆਪ ਆਏ ਗਾਂ ਥੱਲੇ ਚੱਕਦਾ, ਉਹਨਾਂ ਉਹਦੇ ਪੈਰਾਂ 'ਚ ਅਸੀਂ ਦੇਖਿਆ ਇੰਨੀਆਂ ਗੁੱਤੀਆਂ, ਇੰਨੀਆਂ ਡੂੰਘਾ, ਮੂਧਾ ਕਰ ਲਵੇ ਤਾਂ ਪਾਣੀ ਪੈ ਜਾਂਦਾ। ਬੋਰੇ ਸੰਤ ਨੂੰ ਖਾਇਆ, ਕਹਿੰਦਾ ਜੀ ਆਹ ਬੋਰਿਆ ਸੰਤ, ਕਹਿੰਦੇ ਵੀ ਫਿਰ ਅਸੀਂ ਗਊਸ਼ਾਲਾ ਬਣਾਇਆ। ਉਹਨੇ ਦਿਖਾਇਆ ਤਲਵੰਡੀ ਭਾਈ ਆਣ ਕੇ, ਫਿਰ ਬਾਬੇ ਬੋਰੇ ਆਏ ਗਊਸ਼ਾਲਾ ਬਣਾਉਂਦੇ ਰਹੇ। ਫਿਰ ਉਹਨੇ ਦੱਸਿਆ ਸੰਤਾਂ ਨੂੰ, ਕਹਿੰਦਾ ਮਹਾਰਾਜ ਮੇਰੇ ਕੋਲ ਚਾਂਦੀ ਦੇ ਰੁਪਈਏ ਆ, ਤੇ ਮਹਾਰਾਜ ਕਹਿੰਦੇ ਹੁਣ ਕੀ ਕਰੇਗਾ, ਕਹਿੰਦਾ ਮੁੰਡੇ ਮੇਰੇ ਮਗਰ ਨਹੀਂ ਗਿਆ, ਮੁੰਡਿਆਂ ਨੂੰ ਮੈਂ ਸੰਦ ਤਾਂ ਦੇ ਦੂੰਗਾ, ਤੇ ਕਹਿੰਦਾ ਰੁਪਈਏ ਨਹੀਂ ਦਿੰਦਾ, ਮੈਂ ਜੱਗ ਕਰਦਾ। ਫਿਰ ਉਹਨੇ ਜੀ ਉਸ ਟਾਈਮ 'ਚ ਬੋਰੇ ਆਏ ਸੰਤ ਦੱਸਦੇ ਜੀ ਵੀ ਉਹਨੇ ਜੱਗ ਕਰਿਆ 3 ਦਿਨ ਪਿੰਡ ਦੇ ਗੁੜ ਦਾ ਪ੍ਰਸ਼ਾਦ ਬਣਾ ਕੇ, ਤੇ 3 ਦਿਨਾਂ ਬਾਅਦ ਮੁੜ ਕੇ ਸਰੀਰ ਚੱਲ। ਜਿਵੇਂ ਬੰਦਾ ਬਿਮਾਰ ਹੁੰਦਾ ਸਾਰੇ ਨੀ ਹੁੰਦੇ, ਫਿਰਦੇ ਨੀ ਹੁੰਦੇ, ਜਿਹੜੇ ਛੋਟੇ ਬੱਚੇ ਆ ਉਹ
ਪਕਟ ਰੱਖਾਂਗੇ ਉਨੀ ਕੁ ਚੱਲ ਜਾਏ ਚੱਲ ਜਾਵੇ। ਦੁੱਧ ਵਾਲੀਆਂ ਨੂੰ ਹੁਣ ਆਪਾਂ ਪਤਾ ਕੀ ਕਹਿੰਦੇ ਆ, ਜਿਹੜੇ ਦੁੱਧ ਵਾਲੀਆਂ ਹੁੰਦੇ ਆ ਉਹ ਕਹਿੰਦੇ ਤੁਸੀਂ ਦੁੱਧ ਵੇਚਦੇ ਆ, ਦੁੱਧ ਤਾਂ 100 ਕਿਲੇ ਵਾਲਾ ਵੀ ਵੇਚੀ ਜਾਂਦਾ, ਦੁੱਧ 50 ਕਿਲੇ ਵਾਲਾ ਵੀ ਵੇਚੀ ਜਾਂਦਾ। ਆਪਾਂ ਦੁੱਧ ਵੇਚਦੇ ਭੈਣੇ ਨਾਲ ਆਪਾਂ ਨੂੰ 20 ਕਿਲੇ ਪਹਿਲਾਂ ਧਿਆਨ ਜਾਣ ਵਾਂਗੇ ਨਾ, ਆਪਣੀ ਮਾਹ ਨਹੀਂ ਕਰਾਂਦੇ ਦੁੱਧ ਦੀ ਕਮਾਉਣ ਲੱਗ ਜਾਂਦੀ ਹੈ। ਜਿਹੜੇ ਮਤਲਬ ਸੇਵਾਦਾਰ ਜਾਂ ਪ੍ਰਬੰਧਕ ਹੈ ਉਹਨਾਂ ਦਾ ਧਿਆਨ ਵੀ ਉੱਧਰ ਜਾਣ ਲੱਗ ਜਾਂਦੇ, ਵੀ ਉੱਧਰ ਪਾਈਏ ਮਾਲ ਯਾਰ, ਅੱਜ ਦਾਣਾ ਪਾਈਏ, ਖਲ ਪਾਈਏ, ਦੁੱਧ ਜ਼ਿਆਦਾ ਦੇਣਗੀਆਂ, ਜ਼ਿਆਦਾ ਦੇਣਗੀਆਂ, ਇੱਧਰ ਧਿਆਨ ਘੱਟ ਜਾਂਦਾ। ਅਸੀਂ ਸਾਡੇ ਤੇ ਵੀ ਇਹੀ ਤਬਾਹ ਲਾਉਂਦੇ ਹੁੰਦੇ ਸੀ ਜਦੋਂ ਹੀ, ਮੈਂ ਫਿਰ ਦੂਜੀਆਂ ਸਾਰੀਆਂ ਗੱਲਾਂ ਗੰਗੂਆਂ 'ਚ ਕੰਮ ਨਿਬੇੜਦਾ ਜਿੰਨੀਆਂ ਮੇਰੇ ਅੰਡਰ ਆ, ਵੀ ਹੋਰ ਕਿਸੇ 'ਚ ਰੱਖਣੀ ਨਹੀਂ, ਇੱਕ 'ਚ ਹੀ ਰੱਖਦਾ। ਮੈਂ ਕਹਿੰਦਾ ਇੱਕ ਤਾਂ ਹੀ ਲੱਗਿਆ ਰਹੇ ਤਾਂ ਦੂਜਿਆਂ ਦਾ ਤਾਂ ਬਚ ਜਾਊਗਾ, ਇੱਕ 'ਚ ਰੱਖ ਲੈਂਦਾ ਤਾਂ ਦੂਜੀ ਹੋਰ ਕਿਸੇ 'ਚ ਰੱਖਦਾ ਨਹੀਂ, ਅਤੇ ਨਾ ਦੂਜਾ ਨਾਲੇ ਐਂ ਕਰਦਾ, ਅਤੇ ਜਿੰਨੀ ਮੇਰੇ ਕੋਲ ਪੈਲੀ ਆ ਬੀਜਣੇ ਸਾਰੇ ਪੱਠੇ ਆ, ਹੋਰ ਕੋਈ ਫਸਲ ਨਹੀਂ ਬੀਜਦਾ, ਨਾ ਕਣਕ ਨਾ ਝੋਨਾ। ਬਾਬਾ ਜੀ ਦੀ ਆਪਦੀ ਪੈਲੀ ਬਹੁਤ ਜ਼ਿਆਦਾ ਬੰਦਾ, ਬਾਬਾ ਜੀ ਜਿਹੜੇ ਬਾਬੇ ਬਣੇ ਆ ਮਤਲਬ ਆਉਣੀ ਆਪਦੀ ਪੈਲੀ ਤੋਂ ਹੀ ਬਣੇ, ਚਾਰ ਅਸੀਂ ਘੋੜੀਆਂ ਲਵਾ ਕੇ ਸਾਰੀਆਂ ਵਿੱਚ ਵਾੜਦੇ ਹਾਂ, ਵਿੱਚ ਵਾੜਦੇ ਉਹਦਾ ਖੜ ਗਿਆ ਕਾਰੋਬਾਰ। ਮੈਂ ਹੁਣ ਉਹਨਾਂ ਨੇ ਕਿਹਾ, ਮੈਂ ਕਿਹਾ ਹੁਣ ਇਹਨਾਂ ਚੋਰੀ ਆਪਣੀਆਂ ਛੱਡਣ ਵੀ ਆਊਗਾ, ਉਹੀ ਗੱਲ ਰਾਤ ਨੂੰ ਬਾਰ ਖੋਲਣ ਆ ਗਿਆ, ਬਾਰ ਖੋਲਦਾ ਤੇ ਗਾਂਜਾਂ ਨਿਕਲੀਆਂ ਨੇ ਵਾਵਾ, ਤੜਕੇ ਨੂੰ ਪਤਾ ਲੱਗ ਗਿਆ। ਮੁੜ ਕੇ ਉਹਦੇ ਘਰੇ ਜਾ ਕੇ ਕਹਿ ਕੇ ਆਉਂਦਾ ਵੀ ਤੈਨੂੰ ਨਹਿਰਾਂ ਸਿੱਟਿਆ ਹੋਵਾਂਗੇ ਚੱਕ ਕੇ, ਤੇਰਾ ਬਾਲ ਬੱਚਾ ਸਾਰਾ ਹੁਣ ਜੇ ਆ ਗਿਆ। ਫਿਰ ਉੱਥੇ ਬਾਰ ਮੂਹਰੇ ਕੀ ਕੀਤਾ, ਕੰਧ ਕਰਤੀ, ਇੱਕੋ ਹੀ ਬਾਰ ਰੱਖਿਆ, ਕੰਧ ਕਰਕੇ ਉੱਤੇ ਚੁਆਰਾ ਬਣਾ ਕੇ ਲੋਹੇ ਦਾ ਬਣਾ ਕੇ ਨਾ, ਆਹ ਪਿੰਜਰਾ ਜਿਹੜੇ ਹੁੰਦੇ ਆ ਮੌਕੇ ਦੇ ਖੜੇ ਪੈਰ, ਲੋਹੇ ਦਾ ਪਿੰਜਰਾ ਬਣਾ ਕੇ ਤਰਪਾਲ ਪਾ ਕੇ ਬੰਦੂਕ ਵਾਲੇ ਬੰਦੇ ਦਾ ਪਹਿਰਾ ਲਾਇਆ, ਫਿਰ ਹਟ ਗਿਆ ਤੇ ਸਾਰੇ ਪਿੰਡਾਂ ਰਾਖੀ ਬੰਦ ਕਰਤੀ। ਤੇ ਜੇ ਹੁਣ ਲੋਕ ਸਹਿਯੋਗ ਦੇਣ ਆਪਣੇ ਨਾ, ਜਿਹੜੇ ਉਹਨਾਂ ਨੂੰ ਪੈਸੇ ਦਿੰਦੇ ਆਪਣੇ ਕੋਈ ਪਹੂ ਛੱਡਣ ਦੀ ਸੇਵਾ ਕਰਨ, ਇੱਧਰ ਨਹੀਂ ਉਹ ਪਤਾ ਕੀ ਕਰਦੇ, ਇੱਕ ਪਿੰਡ ਨੇ ਰਾਖੀ ਦੇ ਦਿੱਤੀ, ਦੂਜੇ ਪਿੰਡ ਛੱਡੇ ਹੁੰਦੇ ਆ, ਪਹਿਲਾਂ ਦੋ ਤਿੰਨ ਜਾਂਦੇ ਨੇ ਹਾਂ, ਉਹਨਾਂ ਦਾ ਕੰਮ ਆ ਪਿੰਡ ਦਾ ਲੈ ਲੈਣੇ, ਇੱਕ ਗਾਂ ਤੋਂ ਲੱਖ ਲੱਖ ਰੁਪਏ ਬਣਾਉਂਦੇ ਉਹ, ਕਿਉਂ ਗਾਂ ਤੋਂ 50-60 ਗਾਈਆਂ ਹੁੰਦੀਆਂ ਨੇ, ਤੁਸੀਂ ਉਹ 20 ਪਿੰਡਾਂ 'ਚ ਲੈ ਕੇ ਜਾਂਦੇ, ਉਹੀ ਘੁਮਾਈ ਫਿਰਦੇ ਉਹ ਉਸੇ ਲਈ ਫਿਰਦੇ ਆ, ਜੇ ਉਹ ਹੀ ਗਾਈਆਂ ਆਪਣੇ ਕੋਲੇ ਆ ਜਾਣ ਲੋਕੇ ਜਾਣ ਹੀ ਨਾ, ਫਿਰ ਰੋਡ ਨੂੰ ਰੋਡ ਦਾ ਠੇਕਾ ਕੀਤਾ ਹੋਇਆ ਦੂਜੇ ਬੰਦਿਆਂ ਨੂੰ, ਪਿੰਡਾਂ ਨੂੰ ਐਂ ਜੋੜਿਆ ਕਰੋ, ਖਾਨਦਾਨ ਸਾਨੂੰ ਤੂੜੀ ਦਾਣੇ ਪੱਠੇ ਹਰੀ ਸੋਣੀ ਦੇ ਦਿਆ ਕਰੋ, ਧੰਨਵਾਦ। ਮੈਂ ਹੁਣ ਆਹੀ ਕਰਦਾ, ਜਿੰਨੇ ਮੇਰੇ ਕੋਲ ਲੋਕ ਉਹ ਛੱਡਦੇ ਮੈਂ ਉਹਨੂੰ ਖੜਾਲਣਾ, ਜਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਜਾਂ ਗਊਆਂ ਮੂਹਰੇ ਜਾਂ ਸਮਾਧ ਮੂਹਰੇ, ਮੈਂ ਕਹਿੰਦਾ ਜੇ ਤਾਂ ਮੈਂ ਲੋਭ ਲਾਲਚ ਕਰਾਂ ਤੁਹਾਡੇ ਤੋਂ ਕੁਛ ਲਵਾਂ, ਲੋਭ ਲਾਲਚ ਕਰਾਂ ਫਿਰ ਤਾਂ ਮੈਨੂੰ ਕੋੜ ਹੋਵੇ, ਮੈਨੂੰ ਜੇਲ੍ਹ ਹੋਵੇ, ਜੇ ਤੁਸੀਂ ਛੱਡ ਕੇ ਮੇਰੇ ਨਾਲ ਧੋਖਾ ਕੀਤਾ ਫਿਰ ਤੁਹਾਨੂੰ ਕੋੜ ਹੋਵੇ, ਜੇਲ੍ਹ ਹੋਵੇ, ਅਰਦਾਸ ਕਰਾ, ਫਿਰ ਕਰਾ ਲੈਂਦੇ ਆ। ਮੈਂ ਕਹਿੰਦਾ ਇਹ ਕਰੋ ਨਾਲ ਮੇਰੀ ਵੀ ਕਰੋ, ਜੇ ਮੈਂ ਲੋਭ ਲਾਲਚ ਕਰਾਂ ਮੈਂ ਤੁਹਾਤੋਂ ਮੰਗਾਂ, ਤੁਸੀਂ ਆਪਦੇ ਪਿੰਡ ਭਾਵਾਂ 100 ਟਰਾਲੀ ਇਕੱਠੀ ਕਰ ਲਓ, ਤੂੜੀ ਮੈਨੂੰ ਕਹਿ ਦਿਓ ਵੀ ਲੈ ਜਾ ਫਿਰ ਮੈਂ ਲੈਣ ਆਊਂਗਾ, ਜੇ ਤੂੰ ਕਹਿੰਦੇ ਨਾ ਵੀ ਪਿੰਡ 'ਚ ਮੰਗਣਾ ਜਾਂ ਮੈਂ ਨਹੀਂ ਆਉਣਾ, ਤੁਸੀਂ ਮੈਨੂੰ 1 ਮਣ ਦਾਣੇ ਦੇ ਦੇ ਤਾਂ ਮੈਨੂੰ 100 ਮਣ ਵਰਗੇ ਆ, ਤੁਸੀਂ ਮੈਨੂੰ 150 ਮਣਾਂ ਇਕੱਠੇ ਕਰਕੇ ਦੇ ਤਾਂ ਮੈਨੂੰ ਉਹ ਵੀ ਮਣ ਵਰਗੇ ਆ, ਆਪਦੀ ਮਰਜ਼ੀ ਨਾਲ ਛੱਡ ਕੇ ਜਾਣੇ ਮੈਂ ਨਹੀਂ ਆਉਣਾ ਤੁਹਾਡੇ ਪਿੰਡ, ਊਂ ਮੈਨੂੰ ਭਾਈ ਬੰਦੀ ਨਾਲ ਜਦੋਂ ਮਰਜ਼ੀ ਲੈ ਜਾਓ, ਜੇ ਤੁਸੀਂ ਕਹੋ ਨਾ ਵੀ ਦਾਣੇ ਮੰਗਣਾ ਜਾਂ ਭਾਵੇਂ ਸਿਉਣੇ ਛੱਡ ਬਣਾ ਤਾਂ ਮੈਂ ਨਹੀਂ ਆਉਣਾ, ਅਤੇ ਤੁਸੀਂ ਭਾਵੇਂ ਮਣ ਦੇ ਜਾ ਕਰੋ, ਅਤੇ ਐਂ ਲੋਕਾਂ ਨੂੰ ਜੁੜਿਆ ਲੋਕ ਮੇਰੇ ਕੋਲ ਗਊਆਂ ਛੱਡ ਜਾਂਦੇ ਆ, ਬੜੀ ਸੋਹਣੀ ਆਪ ਹੀ ਦਾਣੇ ਹੁਣ ਪਾਵਾਂਗੇ, ਲੋਕਾਂ ਨੂੰ ਐਂ ਜੋੜੋ, ਹੁਣ ਅਸੀਂ ਪਾਵਾਂਗੇ ਜੀ, ਹੁਣ ਵੀ ਭੰਡੇ ਭੱਜ ਜਾਂਦੇ ਜਿਹੜੇ ਬੰਦੇ ਪਹਿਲਾਂ ਮੂਹਰੇ ਲੱਗ ਕੇ ਆਏ ਸੀ, ਉਹਨਾਂ ਨੂੰ ਕਿਤੇ ਹੀ ਤੁਹਾਨੂੰ ਦਿਖਾਈਏ ਹੋਰ ਕਿਹੜੇ ਮੁੜ ਕੇ ਜਿਹੜੇ ਭੱਜਦੇ ਨੇ ਪਿੰਡਾਂ ਦੇ ਵੀ ਦਿਖੇ ਤਾਂ ਲਾਜ਼ਮੀ ਕੋਈ ਨਹੀਂ ਦਿਖਿਆ ਵੀ ਜਿਹੜੇ ਹੈ ਨਹੀਂ ਸੀ ਹੁਣ ਉਹ ਬੰਦੇ ਸਗਰਮ ਆ ਜਿਵੇਂ ਸਾਡੇ ਕੋਲ ਫੋਟੋਆਂ ਲਾਈਆਂ ਪਈਆਂ।
ਸਾਂਝੀ ਗਊਸ਼ਾਲਾ ਮੌੜ ਮੰਡੀ ਜਿੱਥੇ ਅੱਜ ਬਾਬਾ ਜੀ ਦੀ ਪੀੜ ਤੋਂ ਪਹੁੰਚੇ ਹੋਏ ਨੇ ਮਨਜੀਤ ਸਿੰਘ ਜੀ, ਉਹਨਾਂ ਨੇ ਅੱਜ ਸਾਡੇ ਕੋਲ ਆ ਕੇ ਬਹੁਤ ਵੱਡਾ ਸਾਨੂੰ ਮਾਣ ਦਵਾਇਆ। ਆਹ ਜਿਹੜੀਆਂ ਬੱਗੀਆਂ ਬੂਰਾ ਸੂਰਾ ਇਕੱਠਾ ਕਰਨ ਵਾਸਤੇ ਮੰਡੀ 'ਚ ਭੇਜਦੇ ਹਾਂ, ਉਹਨਾਂ ਦਾ ਉਦਘਾਟਨ ਕੀਤਾ ਬਾਬਾ ਜੀ ਨੇ, ਅਤੇ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਇੱਥੇ ਪਹੁੰਚਣ 'ਤੇ। ਇਹ ਗਊਸ਼ਾਲਾ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਬਾਹਰੋਂ ਗਊਆਂ ਲਿਆ ਕੇ ਅਸੀਂ ਅਨਾਜ ਮੰਡੀ ਪਸ਼ੂ ਮੰਡੀ 'ਚ ਰੱਖੀਆਂ ਹੋਈਆਂ ਨੇ 1500 ਦੇ ਕਰੀਬ, ਅਤੇ ਅੱਗੇ ਸਾਰੇ ਵਿੱਕੀ ਜੀ ਬੋਲੋ। ਗਊ ਮਾਤਾ ਕੀ। ਸ਼੍ਰੀ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਜਿਹੜੀ ਕਿ ਅਸੀਂ ਬੇਸਹਾਰਾ ਗਊਆਂ ਇਕੱਠੀਆਂ ਕਰਕੇ ਇੱਥੇ ਬਣਾਈ ਹੋਈ ਹੈ। ਤਕਰੀਬਨ ਉਹ 1600-1700 ਦੇ ਗਊ ਵੰਸ਼ ਇਕੱਠਾ ਕੀਤਾ ਹੋਇਆ। ਅੱਜ ਉੱਥੇ ਬਾਬਾ ਜੀ ਦੇ ਚਰਨ ਪਏ ਨੇ। ਅਸੀਂ ਬਹੁਤ ਖੁਸ਼ਕਿਸਮਤ ਵਾਲੇ ਹਾਂ ਕਿਉਂਕਿ ਬਾਬਾ ਜੀ ਪਹਿਲਾਂ ਹੀ ਬਹੁਤ ਵੱਡੀਆਂ ਗਊਸ਼ਾਲਾ ਚਲਾ ਰਹੇ ਨੇ, ਘੱਟੋ ਘੱਟ 20,000-30,000 ਗਊਆਂ ਦੀਆਂ ਗਊਸ਼ਾਲਾ ਚਲਾ ਰਹੇ ਨੇ। ਸਾਨੂੰ ਇਹਨਾਂ ਤੋਂ ਕੁਛ ਸਿੱਖਿਆ ਮਿਲੀ ਆ ਹੋਰ ਜਿਹੜੀ ਕਿ ਅਸੀਂ ਨਹੀਂ ਕਰ ਰਹੇ ਸੀ। ਅਸੀਂ ਇਹਨਾਂ ਨੂੰ ਹੋਰ ਵੀ ਸਿੱਖਿਆ ਲਾਵਾਂਗੇ ਇਹਨਾਂ ਤੋਂ, ਕਿਉਂਕਿ ਅਸੀਂ ਇੱਕ ਨਵੀਂ ਇਹ ਗਊਸ਼ਾਲਾ ਚਲਾਈ ਹੈ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਜਿਹੜੀ ਕਿ ਬਹੁਤ ਹੀ ਵਧੀਆ ਚੱਲ ਰਹੀ ਹੈ। ਇਹ ਸਾਰੀਆਂ ਬੇਸਹਾਰਾ ਗਊਆਂ ਇਕੱਠੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਕਿ ਅਸੀਂ ਮਾਲ ਮੰਡੀ ਵਿੱਚ ਰੱਖੀਆਂ ਹੋਈਆਂ ਨੇ। ਇਹ ਮਾਲ ਮੰਡੀ ਗੌਰਮੈਂਟ ਦੀ ਹੈ, 28 ਕਿੱਲੇ ਵਿੱਚ ਬਣੀ ਹੋਈ ਹੈ। ਇਹਦੇ ਵਿੱਚ 12-13 ਕਿੱਲਿਆਂ 'ਤੇ ਅਸੀਂ ਦਾਣਾ ਵੀ ਹਰਾ ਵੀ ਜਿਹੜਾ ਚਾਲੂ ਕਰ ਦਿੱਤਾ ਹੈ। ਬਾਬਾ ਜੀ ਨੇ ਸਾਨੂੰ ਅੱਜ ਕਈ ਨਵੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਕਿ ਗਾਹਾਂ ਅਸੀਂ ਚਾਲੂ ਕਰਾਂਗੇ। ਅੱਜ ਇਹਨਾਂ ਨੇ 3 ਬੱਗੀਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚੋਂ ਦਾਣਾ ਪੈਸੇ ਇਕੱਠੇ ਕਰਕੇ ਲੈ ਕੇ ਆਉਂਦੀਆਂ ਨੇ, ਉਹਨਾਂ ਦੀ ਸ਼ੁਰੂਆਤ ਕੀਤੀ ਹੈ। ਅਸੀਂ ਇਹਨਾਂ ਦਾ ਤਹਿ ਦਿਲੋਂ ਸ੍ਰੀ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਵੱਲੋਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਮਹੀਨੇ ਵਿੱਚ ਜਾਂ 2 ਮਹੀਨੇ ਵਿੱਚ ਇਸ ਗਊਸ਼ਾਲਾ ਵਿੱਚ ਚਰਨ ਲਾਜ਼ਮੀ ਪਾਇਆ ਕਰਨ, ਤਾਂ ਕਿ ਉਹ ਸਾਡੇ ਕਹਿਣ 'ਤੇ ਲੋਕ ਉਹਨਾਂ ਨਹੀਂ ਅਮਲ ਕਰਦੇ ਜਿੰਨਾ ਕਿ ਮਹਾਂਪੁਰਸ਼ਾਂ ਦੇ ਕਹਿਣ 'ਤੇ ਅਮਲ ਕਰ ਲੈਂਦੇ ਨੇ। ਇਹਨਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਨੇ ਇਹ ਲੋਕ ਖੜੇ ਨੇ, ਇਹਨਾਂ ਦੇ ਹਰੇਕ ਦੇ ਵਿੱਚ ਕੰਨ ਦੇ ਵਿੱਚ ਪਈ ਹੈ ਗੱਲ। ਹੋ ਸਕਦਾ ਇਹਨਾਂ ਵਿੱਚੋਂ 100 ਦੇ ਵਿੱਚੋਂ 70 ਬੰਦਿਆਂ 'ਚ ਉਹ ਕੰਮ ਦੀ ਗੱਲ ਹੋਵੇ। ਇਹਨਾਂ ਨੇ ਦੱਸਿਆ ਬਹੁਤ ਗੁਰ ਦਿੱਤੇ ਨੇ ਵੀ ਇਹਦੇ ਇਹ ਫਾਇਦੇ ਨਹੀਂ, ਲੋਕ ਨਸ਼ਾ ਕਰਨ ਨੂੰ ਹਟ ਜਾਂਦੇ ਨੇ, ਜੇ ਗਊਸ਼ਾਲਾ 'ਚ ਆਉਣਗੇ ਲੋਕ ਅਵਾਰਾ ਭੱਜਣ ਨੂੰ ਹਟ ਜਾਂਦੇ ਨੇ, ਅਤੇ ਗਊਸ਼ਾਲਾ ਸੇਵਾ ਕਰਕੇ ਜਾਂਦੇ ਨੇ। ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਗਊਸ਼ਾਲਾ ਦੇ ਵਿੱਚ ਗੇੜਾ ਰੱਖਣ। ਬੋਲੋ ਗਊ ਮਾਤਾ ਕੀ। ਇਹਨਾਂ ਦਾ ਪ੍ਰਬੰਧ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਆ। ਬਹੁਤ ਗਊਸ਼ਾਲਾ ਵਿੱਚ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਕੋਈ ਵੇਖਣ ਨੂੰ ਕੁਛ ਹੋਰ ਹੁੰਦਾ ਅਤੇ ਕਹਿਣ ਨੂੰ ਕੁਛ ਹੋਰ ਹੁੰਦਾ। ਇਹਨਾਂ ਦੀ ਗਊਸ਼ਾਲਾ ਦੇ ਵਿੱਚ ਅਸੀਂ ਜੋ ਕੁਝ ਵੇਖਿਆ ਮਨ ਨੂੰ ਬਹੁਤ ਖੁਸ਼ੀ ਹੋਈ ਵੀ ਇਹ ਜਿੰਨੀ ਵੀ ਸੇਵਾ ਕਰਦੇ ਇਲਾਕੇ ਦੇ ਇਹਨਾਂ ਦੇ ਨਾਲ ਪਿੰਡਾਂ ਵਾਲੇ ਜ਼ਿਮੀਂਦਾਰ ਭਰਾਵਾਂ ਦਾ ਵੀ ਬਹੁਤ ਸਹਿਯੋਗ ਆ, ਉਹ ਵੀ ਬਹੁਤ ਵਧਾਈ ਦੇ ਪਾਤਰ ਆ ਜਿਹੜੇ ਇੱਥੇ ਗਊਆਂ ਦੀ ਸੇਵਾ ਕਰਦੇ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਗਊਆਂ ਦੀ ਸੇਵਾ ਕਰੋਗੇ ਤੁਹਾਡੇ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਰਹੂਗੀ, ਤੁਹਾਡੇ ਇਲਾਕੇ ਦੇ ਵਿੱਚ ਗੜਾ ਕਾਕੜਾ ਨਹੀਂ ਪਊਗਾ, ਗਊ ਮਾਤਾ ਦੀ ਐਸੀ ਕਿਰਪਾ ਹੋਊਗੀ। ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਜਿਨ੍ਹਾਂ ਨੇ 100 ਤੋਂ ਉੱਪਰ ਗਊਸ਼ਾਲਾ ਬਣਾਈਆਂ, ਸਾਰਾ ਜੀਵਨ ਗਊਆਂ ਦੀ ਬਾਬਤ ਲਾਤਾ, ਉਹਨਾਂ ਦਾ ਇਹੀ ਉਪਦੇਸ਼ ਸੀ ਵੀ ਗਊਆਂ ਦੀ ਸੇਵਾ 33 ਕਰੋੜ ਦੇਵੀ ਦੇਵਤਿਆਂ ਦੀ ਸੇਵਾ। ਜੋ ਕੋਈ ਗਊਆਂ ਦੀ ਦਿਲੋਂ ਸੇਵਾ ਕਰਦਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਉਹਨਾਂ ਦੇ ਘਰ ਦੁੱਖ ਤਕਲੀਫ ਕਸ਼ਟ ਕੋਈ ਨਹੀਂ ਰਹਿੰਦਾ, ਕੋਈ ਵੀ ਆਪਦੀ ਕੋਈ ਮਨ ਦੀ ਨਿੱਚਾ ਗਊ ਮਾਤਾ ਦੇ ਮੂਹਰੇ ਅਰਦਾਸ ਬੇਨਤੀ ਕਰਕੇ ਕਰੇ ਉਹਦੀ ਜ਼ਰੂਰ ਪੂਰੀ ਹੋਊਗੀ। ਅਸੀਂ ਸਾਰੇ ਇਲਾਕੇ ਨੂੰ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਆਏ ਹਾਂ ਸਾਰਿਆਂ ਨੂੰ ਜੀ ਆਇਆ ਕਹਿੰਦੇ ਹਾਂ ਵੀ ਤੁਸੀਂ ਬਹੁਤ ਵਧਾਈ ਦੇ ਪਾਤਰ ਹਾਂ, ਤੁਹਾਡਾ ਜਿਹੜਾ ਸਿਸਟਮ ਆ ਵੀ ਬਹੁਤ ਸੋਹਣਾ ਹੈ, ਸ਼ਾਬਾਸ਼ ਤਗੜੇ ਹੋ ਕੇ ਲੋਕਾਂ ਦੀ ਪਾਰਟੀ ਬਾਜ਼ੀ ਤੋਂ ਰਹਿਤ ਹੋ ਕੇ ਗਊ ਮਾਤਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਤਗੜੇ ਹੋ ਕੇ ਸੇਵਾ ਕਰੋ, ਪਰਮਾਤਮਾ ਤੁਹਾਡੀ ਸੇਵਾ ਸਫਲ ਕਰੇ। ਜੋ ਬਾਬਾ ਜੀ ਨੇ ਕਿਹਾ ਵੀ ਮਹੀਨੇ ਦੇ ਚੱਕਰ ਦਾ ਗੇੜਾ ਜਿਹੜਾ ਹੈਗਾ ਤੁਸੀਂ ਲਾਓਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਤਾਂ ਕੋਸ਼ਿਸ਼ ਕਰਦੇ ਰੋਜ਼ ਹੀ ਆ ਜਾਈਏ ਪਰ ਸਾਡੇ ਅਲਜੇਵੇਂ ਇੰਨੇ ਆ, ਪਰ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਵੀ ਇਹਨਾਂ ਨੂੰ ਕੋਈ ਤਕਲੀਫ ਹੋਊਗੀ ਕਿਸੇ ਚੀਜ਼ ਦੀ ਸਹਿਯੋਗ ਹੋਈ ਉਹ ਜ਼ਰੂਰ ਦਿੰਦੇ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਵਾਮੀ ਜੀ ਦੇ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ। ਅਸੀਂ ਆਪਦੇ ਮੌੜ ਕਨਾ ਪਿੰਡ ਕਰਨੀਓ ਅਤੇ ਸੰਤਾਂ ਮਹਾਤਮਾ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਸੀਂ ਸਾਰੇ ਨਗਰ ਕਨੀਓ ਇਹ ਗਊਸ਼ਾਲਾ ਨੂੰ ਪੂਰਾ ਸਹਿਯੋਗ ਦੇਵਾਂਗੇ। ਤੂੜੀ ਹਰਾ ਪਹਿਲਾਂ ਵੀ ਸਾਡੀ ਸੰਗਤ ਸੇਵਾ ਕਰਦੀ ਹੈ, ਅੱਗੇ ਤੋਂ ਵੀ ਤੁਹਾਡੇ ਆਸ਼ੀਰਵਾਦ ਨਾਲ ਸਾਨੂੰ ਆਸ਼ੀਰਵਾਦ ਮਿਲਦਾ ਰਹੂ, ਅਸੀਂ ਸੇਵਾ ਕਰਦੇ ਰਹਾਂਗੇ। ਅਸੀਂ ਮੌੜ ਕਨਾ ਪਿੰਡ ਵੱਲੋਂ ਇਹ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ।
ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਦੁਆਰਾ ਪਾਏ ਗਏ ਪੂਰਨਿਆਂ ਦੇ ਚੱਲਦੇ ਹੋਏ ਅੱਜ ਅਸੀਂ ਦੇਖਿਆ ਕਿ ਤੁਸੀਂ ਮੌੜ ਵਿਖੇ ਗਊਸ਼ਾਲਾ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਬਹੁਤ ਹੀ ਭਰਵਾਂ ਸਵਾਗਤ ਕੀਤਾ, ਫੁੱਲਾਂ ਦੀ ਵਰਖਾ ਹੋਈ ਔਰ ਲੋਕਾਂ ਨੇ ਬੜਾ ਖੁਸ਼ੀ ਮਨਾਈ ਤੁਹਾਡੇ ਉੱਥੇ ਚਰਨ ਪਵਾ ਕੇ ਔਰ ਤੁਸੀਂ ਵਿਚਾਰ ਦਾ ਧੰਨ ਪ੍ਰੇਰ ਕੀਤੇ ਉਹਨਾਂ ਨਾਲ, ਉਹਨਾਂ ਨੂੰ ਗਾਈਡ ਕੀਤਾ ਸਾਰਿਆਂ ਨੂੰ ਕਿ ਕਿਵੇਂ ਗਊਆਂ ਨੂੰ ਰੱਖਣਾ ਹੈਗਾ, ਕਿਵੇਂ ਤੁਸੀਂ ਇਹਨਾਂ ਨੂੰ ਇਸ ਸੇਵਾ ਨੂੰ ਹੋਰ ਜਿਹੜਾ ਹੈਗਾ ਵਧਾ ਸਕਦੇ ਹੋ, ਕੀ ਕਹਿਣਾ ਤੁਹਾਨੂੰ? ਗਊਆਂ ਦੀ ਸੇਵਾ ਸਭ ਤੋਂ ਪ੍ਰਬਲ ਸੇਵਾ ਗਊਆਂ ਦੀ, ਸਵਾਮੀ ਮਹੇਸ਼ ਮੁਨੀ ਦਾ ਮਿਸ਼ਨ ਸੀ ਕਿ ਗਊਆਂ ਦੀ ਸੇਵਾ, ਅਤੇ ਜਿਸ ਤਰੀਕੇ ਨਾਲ ਬਾਬਾ ਜੀ ਤੁਸੀਂ ਉਤਸ਼ਾਹਿਤ ਕਰਦੇ ਹੋ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਗਊਆਂ ਦੀ ਸੇਵਾ ਕਰਦੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਜੋ ਵੀ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ, ਅਗਰ ਤੁਹਾਡੇ ਨਾਲ ਕਨਵੇਟ ਕਰਨਾ ਚਾਹਾਂ ਕੋਈ ਵੀ ਡੀਸੀ ਕਿਸੇ ਜ਼ਿਲ੍ਹੇ ਦਾ, ਕਿਉਂਕਿ ਤੁਸੀਂ ਬਹੁਤ ਬੇਸਹਾਰਾ ਗਊਆਂ ਨੂੰ ਜਿਹੜਾ ਹੈਗਾ ਸੰਭਾਲ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਵੀ ਜੋ ਗੌਰਮੈਂਟ ਦੀਆਂ ਸਹੂਲਤਾਂ ਹਾਈਕੋਰਟ ਦੇ ਹੁਕਮ ਮੁਤਾਬਕ ਜਿਹੜਾ ਵੀ ਡੀਸੀ ਚਾਹੁੰਦਾ ਸਾਡੇ ਨਾਲ ਕਨੈਕਟ ਕਰੇ ਗਊ ਮਾਤਾ ਦੀ ਸੇਵਾ ਕਰਕੇ, ਉਹ ਸੁਵਿਧਾ ਸਾਨੂੰ ਦੇਵੇ ਅਤੇ ਅਸੀਂ ਸਾਰੀਆਂ ਗਊਆਂ ਸੰਭਾਲਣ ਨੂੰ ਤਿਆਰ। ਜਿੱਥੇ ਵੀ ਕਿਤੇ ਗਊਆਂ ਨੂੰ ਤਕਲੀਫ ਆ, ਕੋਈ ਵੀ ਡੀਸੀ ਆਵੇ ਤਾਂ ਕਹੂਗਾ ਵੀ ਮੈਂ ਜੋ ਸੁਵਿਧਾ ਬਣਦੀ ਦੇਣ ਨੂੰ ਤਿਆਰ ਹਾਂ ਅਤੇ ਆਪਾਂ ਗਊਆਂ ਦੀ ਸੇਵਾ ਕਰਾਂਗੇ, ਸਾਡੀ ਆਪਣੀ ਸੇਵਾ ਦੇਖ ਲਏ ਅਤੇ ਫਿਰ ਆਣ ਕੇ ਜੋ ਵੀ ਗਊਆਂ ਦੀ ਸੇਵਾ ਅਸੀਂ ਕਰਾਂਗੇ। ਅਸੀਂ ਤਾਂ ਹੁਣ ਵੀ ਸਵਾਮੀ ਮਹੇਸ਼ ਮੁਨੀ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਗਊਆਂ ਦੀ ਸੇਵਾ ਕਰਦੇ ਹਾਂ ਵੀ ਸਵਾਮੀ ਮਹੇਸ਼ ਮੁਨੀ ਜੀ ਵੀ ਵਿਸ਼ੇਸ਼ ਗਊਸ਼ਾਲਾ ਸੀ, ਉਹ ਕਹਿੰਦੇ ਤੇ ਵੀ ਸਾਡੀ ਤਰਵੈਣੀ ਗਊਸ਼ਾਲਾ ਹੈ, ਰਾਜਧਾਨੀ ਗਊਸ਼ਾਲਾ, ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਹੁਣ ਵੀ ਉਹਨਾਂ ਨੂੰ ਕਹਿੰਦੇ ਵੀ ਉਹ ਇੱਥੇ ਹਾਜ਼ਰ ਹੀ ਉਹੀ ਸੇਵਾ ਕਰਾ ਰਹੇ ਹਾਂ, ਅਸੀਂ ਕੁਛ ਨਹੀਂ ਕਰ ਸਕਦੇ, ਸਵਾਮੀ ਮਹੇਸ਼ ਮੁਨੀ ਦੇ ਵਿਦੇਸ਼ ਸਰਤਾ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਸੇਵਾ ਕਰਦੇ। ਔਰ ਕਿੰਨੀਆਂ ਤਕਰੀਬਨ ਗਊਆਂ ਜਿਹੜੀਆਂ ਹੈਗੀਆਂ ਇੱਥੇ ਸੇਵਾ ਹੋ ਰਹੀ ਹੈ? ਇੱਥੇ ਅਣਗਿਣਤੀ ਗਊਆਂ ਹੈ, ਕਦੇ ਵੀ ਗਿਣਤੀ ਹੋ ਨਹੀਂ ਸਕਦੀ, ਹਰ ਰੋਜ਼ ਹੀ ਕਿਸੇ ਨਾ ਕਿਸੇ ਅਫਸਰ ਤੋਂ ਗਊਆਂ ਛਡਾਉਂਦੇ ਰਹਿੰਦੇ ਹਾਂ, ਕਿਸੇ ਇਲਾਕੇ ਦੀ ਕੋਈ ਵਿਵਸਥਾ ਪੈ ਗਈ ਉਹਦੇ ਵੀ ਛਡਾਉਂਦੇ ਰਹਿੰਦੇ ਹਾਂ, ਅਤੇ ਬੇਸਹਾਰੀ ਗਊਆਂ ਬਹੁਤ ਹੀ ਹੈ, ਬੇਸਹਾਰ ਗਊਆਂ। ਅਗਰ ਪਿੰਡਾਂ ਦੀਆਂ ਪੰਚਾਇਤਾਂ ਬਾਬਾ ਜੀ ਤੁਹਾਨੂੰ ਕੰਟੈਕਟ ਕਰਨੇ ਚਾਹੁਣ ਔਰ ਉਹ ਇਸ ਸਮੱਸਿਆ ਤੋਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ, ਤਾਂ ਕੀ ਜਿਹੜੇ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਸਰਪੰਚ ਤੁਹਾਨੂੰ ਅਟੈਚ ਹੋ ਸਕਦੇ, ਤੁਹਾਡੇ ਨਾਲ ਗੱਲ ਕਰ ਸਕਦੇ? ਹਾਂ, ਕਰ ਸਕਦੇ, ਜੋ ਵੀ ਪਿੰਡਾਂ ਦੇ ਸਰਪੰਚ ਆ ਗਊਆਂ ਦੀ ਸੇਵਾ ਕਰਦੇ ਗਊਆਂ ਛੱਡਦੇ ਨੇ ਸਾਡੇ ਕੋਲ, ਸਭ ਸਹਿਯੋਗ ਦਿੰਦੇ ਨੇ।